ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਤੋ ਅੱਜ ਮੈਂ ਇੱਕ ਨਵੀਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਤੋ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਤੋ ਦੋਸਤੋ, ਬੜੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿੱਚ ਅਸਾਮੀਆਂ ਰੈਗੂਲਰ ਬੇਸਿਸ ਦੇ ਯੂਨੀਵਰਸਿਟੀ ਵਿੱਚ ਨਿਕਲੀਆਂ ਹਨ ਔਰ ਜਿਸ ਦੀ ਲਾਸਟ ਤਰੀਕ ਹੈ 27 ਫਰਵਰੀ 2020। ਅਸਾਮੀ ਦਾ ਨਾਂ ਹੈ ਜੀ, ਨੰਬਰ 1 ਦੇ ਹੈ ਟਿਊਟਰ ਡੈਮੋਨਸਟ੍ਰੇਟਰ ਨਰਸਿੰਗ ਦੀਆਂ 10 ਵੈਕੈਂਸੀਆਂ, ਅਨਰਿਜ਼ਰਵਡ 4, SC ਹੈ 3, RO 1, MB 2, BC 1, PH 1, EWS 1। ਨੰਬਰ 2 'ਤੇ ਜੀ ਸੀਨੀਅਰ ਅਸਿਸਟੈਂਟ ਦੀਆਂ ਟੋਟਲ ਹੈ ਜੀ 5 ਵੈਕੈਂਸੀਆਂ, ਅਨਰਿਜ਼ਰਵਡ 3 ਹੈ ਤੋ SC ਦੀਆਂ 2 ਹੈ। ਜਿਨ੍ਹਾਂ ਕੈਂਡੀਡੇਟ ਨੇ ਸੀਨੀਅਰ ਅਸਿਸਟੈਂਟ ਦੇ ਵਿੱਚ ਐਡਵਰਟਾਈਜ਼ਮੈਂਟ ਨੰਬਰ 3/2018 ਵਿੱਚ ਪਹਿਲਾਂ ਅਪਲਾਈ ਕੀਤਾ ਸੀ, ਉਹਨਾਂ ਨੂੰ ਹੁਣ ਅਪਲਾਈ ਕਰਨ ਦੀ ਲੋੜ ਨਹੀਂ। ਸੈਲਰੀ ਟਿਊਟਰ ਡੈਮੋਨਸਟ੍ਰੇਟਰ ਨਰਸਿੰਗ ਵਾਸਤੇ ਸੈਲਰੀ 10,300, 34,800 ਪਲੱਸ 4,800 ਗ੍ਰੇਡ ਪੇ। ਸੀਨੀਅਰ ਅਸਿਸਟੈਂਟ ਦੀ ਹੈ 10,300, 34,800 ਪਲੱਸ 4,400 ਗ੍ਰੇਡ ਪੇ। ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ, ਟਿਊਟਰ ਡੈਮੋਨਸਟ੍ਰੇਟਰ ਨਰਸਿੰਗ ਵਾਸਤੇ ਕੁਆਲੀਫਿਕੇਸ਼ਨ ਹੈ ਜੀ MSc ਨਰਸਿੰਗ। ਸੀਨੀਅਰ ਅਸਿਸਟੈਂਟ ਵਾਸਤੇ ਹੈ ਗ੍ਰੈਜੂਏਸ਼ਨ 50% ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ 10 ਸਾਲ ਦਾ ਐਕਸਪੀਰੀਅੰਸ ਕਿਸੇ ਸਰਕਾਰੀ ਯੂਨੀਵਰਸਿਟੀ 'ਚ ਜਾਂ ਕਾਲਜ ਵਿੱਚ ਜਾਂ ਰੈਕੋਗਨਾਈਜ਼ਡ ਇੰਸਟੀਟਿਊਸ਼ਨ ਦੇ ਵਿੱਚ 5 ਸਾਲ ਦਾ ਐਕਸਪੀਰੀਅੰਸ ਐਜ਼ ਏ ਜੂਨੀਅਰ ਅਸਿਸਟੈਂਟ ਦੇ ਤੌਰ 'ਤੇ ਹੋਣਾ ਚਾਹੀਦਾ। ਐਪਲੀਕੇਸ਼ਨ ਫੀਸ ਜੀ 500 ਰੁਪਏ ਹੈ ਜਨਰਲ ਕੈਟਾਗਰੀ ਵਾਸਤੇ ਅਤੇ 250 ਰੁਪਏ SC ਜਾਂ ST ਕੈਟਾਗਰੀ ਵਾਸਤੇ ਹੈ। ਏਜ ਲਿਮਿਟ 37 ਸਾਲ ਹੈ ਤੋ ਰਿਲੈਕਸੇਸ਼ਨ ਐਜ਼ ਪਰ ਗੌਰਮੈਂਟ ਰੂਲ। ਕੈਂਡੀਡੇਟ ਨੂੰ ਔਨਲਾਈਨ ਅਪਲਾਈ ਕਰਨ ਤੋਂ ਬਾਅਦ ਇਸ ਦੀ ਹਾਰਡ ਕਾਪੀ ਜਮ੍ਹਾਂ ਕਰਵਾਉਣੀ ਪਏਗੀ ਔਰ ਪਲੱਸ ਸੈਲਫ ਟੈਸਟਡ ਕਾਪੀ ਆਫ ਸਰਟੀਫਿਕੇਟ, ਪਰੂਫ ਆਫ ਡੇਟ ਆਫ ਬਰਥ, ਮਾਰਕਸ਼ੀਟ, ਡਿਗਰੀ, ਐਕਸਪੀਰੀਅੰਸ, ਰੈਜੀਡੈਂਸ ਪਰੂਫ ਔਰ ਇਹ ਐਡਰੈਸ ਅਤੇ ਰਜਿਸਟਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵਿੱਚ 27 ਫਰਵਰੀ 2020 ਤੱਕ ਰਜਿਸਟਰਡ ਪੋਸਟ ਦੇ ਰਾਹੀਂ ਆਪਣੀ ਹਾਰਡ ਕਾਪੀ ਭੇਜਣੀ ਪਏਗੀ। ਜਿਹੜੇ ਕੈਂਡੀਡੇਟ ਆਲਰੇਡੀ ਸਰਵਿਸ ਵਿੱਚ ਹਨ ਉਹ ਕੈਂਡੀਡੇਟ ਆਪਣੇ ਪ੍ਰੋਪਰ ਚੈਨਲ ਦੇ ਥਰੂ ਇਸ ਪੋਸਟ ਵਿੱਚ ਅਪਲਾਈ ਕਰ ਸਕਦੇ ਹੈ ਔਰ ਕੈਂਡੀਡੇਟ 10ਵੀਂ ਪੱਧਰ ਤੱਕ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ। ਸਿਲੈਕਸ਼ਨ ਕ੍ਰਾਈਟੀਰੀਆ ਰਿਟਨ ਟੈਸਟ ਹੈ ਜੀ 100 ਨੰਬਰ ਦਾ, ਐਕਸਪੀਰੀਅੰਸ 20 ਨੰਬਰ, 2 ਨੰਬਰ 1 ਸਾਲ ਦੇ ਦਿੱਤੇ ਜਾਣਗੇ ਐਕਸਪੀਰੀਅੰਸ ਦੇ ਔਰ ਮੈਕਸੀਮਮ ਐਕਸਪੀਰੀਅੰਸ ਜਿਹੜਾ 10 ਸਾਲ ਦਾ ਕਾਊਂਟ ਕੀਤਾ ਜਾਏਗਾ ਔਰ ਇੰਟਰਵਿਊ ਦੇ ਹੈ ਜੀ 20 ਨੰਬਰ ਔਰ ਟੋਟਲ ਹੈ ਜੀ 140 ਨੰਬਰ। ਉਮੀਦ ਕਰਦਾ ਹੈ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਏਗੀ ਔਰ ਅਗਰ ਆਪ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੈ ਤਾਂ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਚੈਨਲ 'ਤੇ ਬਣੇ ਰਹਿਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਧੰਨਵਾਦ।